ਸਤਿ ਸ੍ਰੀ ਅਕਾਲ ਬੱਚੋ ਅੱਜ ਮੈਂ ਤੁਹਾਨੂੰ ਜਮਾਤ 10ਵੀਂ ਵਿਸ਼ਾ ਪੰਜਾਬੀ ਸਹਿਤਮਾਲਾ ਦਾ ਪਾਠ ਦੂਜਾ ਕਰਵਾਉਣ ਜਾ ਰਹੀ ਹਾਂ ਕਿਰਪਾ ਕਰਕੇ ਵਖਸ਼ ਲਿਓ ਇਹ ਰਚਨਾ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਲਿਖੀ ਗਈ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖ ਸਕੋ ਸਭ ਤੋਂ ਪਹਿਲਾਂ ਆਪਾਂ ਗੁਰੂ ਜੀ ਦੀ ਜੀਵਨੀ ਬਾਰੇ ਪੜਾਂਗੇ ਜਾਨ ਪਹਿਚਾਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ 1479 ਵਿੱਚ ਪਿੰਡ ਬਾਸਰ ਕੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਤੇਜਪਾਲ ਜੀ ਅਤੇ ਮਾਤਾ ਜੀ ਦਾ ਨਾਮ ਲਖੋ ਜੀ ਸੀ ਆਪ ਜੀ ਦੇ ਦੋ ਪੁੱਤਰਾਂ ਮੋਹਨ ਜੀ ਅਤੇ ਮੋਹਰੀ ਜੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਸਨ 1552 ਈਸਵੀਚ ਆਪ ਜੀ ਨੂੰ ਗੁਰੂ ਗੱਦੀ ਪ੍ਰਾਪਤ ਹੋਈ ਆਪ ਜੀ ਨੇ ਗੋਵਿੰਦ ਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਨ ਕਰਵਾਇਆ ਅਤੇ ਲੰਗਰ ਪ੍ਰਥਾ ਦਾ ਵਿਸਤਾਰ ਕੀਤਾ ਆਪ ਜੀ ਨੇ ਜਾਤੀ ਪ੍ਰਥਾ ਚੋਛਾ ਅਤੇ ਪਰਦੇ ਦਾ ਰਿਵਾਜ ਸਦੀ ਪ੍ਰਥਾ ਵਰਗੀਆਂ ਸਮਾਜਿਕ ਕੁਰੀਤੀਆਂ ਨੂੰ ਸੁਧਾਰਨ ਵਿੱਚ ਵੱਡਾ ਯੋਗਦਾਨ ਦਿੱਤਾ ਸ਼੍ਰੀ ਗੁਰੂ ਅਮਰਦਾਸ ਜੀ ਦੀਆਂ ਪ੍ਰਮੁੱਖ ਬਾਣੀਆਂ ਵਿੱਚੋਂ ਅਨੰਦ ਸਾਹਿਬ ਪੱਟੀ ਅਤੇ 412 ਵਰਨਨਯੋਗ ਹਨ ਗੁਰੂ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਆਪ ਜੀ ਨੇ 17 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਆਪ ਜੀ ਦੀ ਬਾਣੀ ਦਾ ਵਿਸ਼ਾ ਸੇਵਾ ਭਗਤੀ ਭਾਵ ਅਤੇ ਕਰਮਾ ਭਰਮਾ ਨੂੰ ਦੂਰ ਕਰਨਾ ਹੈ ਅਸੀਂ ਹੁਣ ਪਾਠ ਵਿੱਚ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਉਹ ਪਾਪੀ ਵੱਡ ਗੁਨਾਗਾਰ ਹਰ ਜਿਓ ਲੇਖੇ ਵਾਰ ਨ ਆਵਈ ਤੋ ਬਖਸ਼ ਮਿਲਾਵਨ ਹਾਰ ਗੁਰੂ ਟੁੱਠੇ ਹਰ ਪ੍ਰਭ ਮੇਲਿਆਂ ਸਭ ਕਿਲਵਿਖ ਕਟ ਵਿਕਾਰ ਜਿਨ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ ਪ੍ਰਸੰਗ ਇਹ ਕਾਵਿ ਸੰਤਰਾ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਕਿਰਪਾ ਕਰਕੇ ਬਖਸ਼ ਲਿਓ ਵਿੱਚੋਂ ਲਈਆਂ ਗਈਆਂ ਹਨ ਇਸ ਸ਼ਲੋਕ ਵਿੱਚ ਗੁਰੂ ਜੀ ਨੇ ਜੀਵ ਰੂਪ ਵਿੱਚ ਪਰਮਾਤਮਾ ਅੱਗੇ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਅਰਦਾਸ ਕੀਤੀ ਹੈ ਹੁਣ ਅਸੀਂ ਇਸ ਪੈਰੇ ਦੀ ਵਿਆਖਿਆ ਕਰਾਂਗੇ ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਪਾਰਾ ਵਾਰ ਅਸੀਂ ਦਾ ਅਰਥ ਇੱਥੇ ਸੰਸਾਰੀ ਜੀਵ ਤੋਂ ਲਿਆ ਗਿਆ ਹੈ। ਅਦੀ ਖੱਤੇ ਦਾ ਅਰਥ ਹੈ ਪਾਪ, ਗੁਨਾਹ, ਅਪਰਾਧ। ਹਥਾਤ ਅਸੀਂ ਬਹੁਤ ਸਾਰੇ ਪਾਪ ਤੇ ਅਪਰਾਧ ਕੀਤੇ ਹਨ। ਅੰਤ ਨਪਾਰਾ ਵਾਰ। ਅਰਥਾਤ ਇਨ੍ਹਾਂ ਪਾਪਾਂ ਦਾ, ਇਨ੍ਹਾਂ ਗੁਨਾਹਾਂ ਦਾ ਕੋਈ ਅੰਤ ਨਹੀਂ ਹੈ, ਕੋਈ ਸੀਮਾ ਨਹੀਂ ਹੈ। ਹਰ ਕਿਰਪਾ ਕਰਕੇ ਬਖਸ਼ ਲਿਓ। ਹਰ ਦਾ ਅਰਥ ਤੇ ਹੀ ਹਰੀ へ ਪ੍ਰਭੂ ਤੋਂ ਲਿਆ ਗਿਆ ਹੈ। ਅਰਥਾਤ हे हरि हे प्रभु कृपा करके जो मैं पाप ते गुनाह कीती हन ओना नु बख्श लियो हो पापी वड् गुनागार हो दा अर्थ इथे मैं तो लिया गया है अर्थात मैं बहुत वड्डा पापी ते गुनागार हां हर जियो लिखे वार न आवई हर जियो दा अर्थ हे हरि हे प्रभु लिखे वार न आवई ਅਰਥਾਤ ਮੇਰੇ ਕੀਤੇ ਗਏ ਪਾਪਾਂ ਤੇ ਗੁਨਾਹਾਂ ਦੇ ਅਨੁਸਾਰ ਮੇਰੀ ਮਾਫੀ ਦੀ ਵਾਰੀ ਨਹੀਂ ਆ ਸਕਦੀ ਲੇਖੇ ਵਾਰਨਾ ਆਵੀ ਤਬ ਬਖਸ਼ ਮਿਲਾਵਨ ਹਾਰ ਅਰਥਾਤ ਤੂੰ ਹੀ ਮੇਰੇ ਪਾਪਾਂ ਨੂੰ ਬੁਲਾਂ ਨੂੰ ਬਖਸ਼ ਕੇ ਆਪਣੇ ਚਰਨਾ ਨਾਲ ਮਿਲਾਵਨ ਵਾਲਾ ਹੈ ਗੁਰੂ ਟੁੱਟੇ ਹਰ ਪ੍ਰਭ ਮੇਲਿਆ ਸਭ ਕਿਲਵਿਖ ਕਟ ਵਿਕਾਰ ਟੁੱਟੇ ਤੋਂ ਇੱਥੇ ਅਰਥ ਗੁਰੂ ਦੇ ਪ੍ਰਸੰਨ ਹੋਣ ਤੋਂ ਲਿਆ ਗਿਆ ਹੈ ਕਿ ਲਵਿਕਤੋ ਅਤ ਪਾਪਾ ਰੂਪੀ ਮੈਲ ਤੋਂ ਲਿਆ ਗਿਆ ਹੈ। ਅਰਥਾਤ ਗੁਰ ਟੁੱਠੇ ਹਰ ਪ੍ਰਭ ਮੈਲਿਆ। ਅਰਥਾਤ ਗੁਰੂ ਦੇ ਪ੍ਰਸੰਨ ਹੋਣ ਤੇ ਖੁਸ਼ ਹੋਣ ਤੇ ਹੀ ਉਸ ਹਰੀ ਦੀ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਭ ਕਿਲਵਿਕ ਕਟ ਵਿਕਾਰ ਅਰਥਾਤ ਸਭ ਤਰ੍ਹਾਂ ਦੀ ਪਾਪਾ ਦੀ ਮੈਲ ਅਤੇ ਵਿਕਾਰ ਦੂਰ ਹੋ ਜਾਂਦੇ ਹਨ। ਵਿਕਾਰ ਤੋਂ ਇੱਥੇ ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਲਿਆ ਗਿਆ ਹੈ। ਅਤੇ ਪ੍ਰਭੂ ਦੀ ਕਿਰਪਾ ਨਾਲ ਇਹ ਸਾਰੇ ਵਿਕਾਰ ਕੱਟੇ ਜਾਂਦੇ ਹਨ ਅਰਥਾਤ ਦੂਰ ਹੋ ਜਾਂਦੇ ਹਨ ਜਿਨ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ ਅਰਥਾਤ ਜਿਨ੍ਹਾਂ ਨੇ ਹਰ ਹਰ ਨਾਮ ਧਿਆਇਆ ਹਰ ਉਸ ਹਰੀ ਦਾ ਉਸ ਪ੍ਰਭੂ ਦਾ ਨਾਮ ਧਿਆਇਆ ਹੈ ਸਿਮਰਨ ਕੀਤਾ ਹੈ ਜਨ ਨਾਨਕ ਤਿਨ ਜੈਕਾਰ ਉਸ ਦੀ ਜੈ ਜੈਕਾਰ ਹੁੰਦੀ ਹੈ ਤਿੰਨੋ ਲੋਕਾਂ ਵਿੱਚ ਅਰਥਾਤ ਉਸ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਹੁਣ ਅਸੀਂ ਇਸ ਪਾਠ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਕਰਾਂਗੇ ਸਾਡਾ ਪਹਿਲਾ ਪ੍ਰਸ਼ਨ ਹੈ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸ ਪਿੰਡ ਵਿੱਚ ਹੋਇਆ ਇਸ ਦਾ ਸਹੀ ਉੱਤਰ ਹੈ ਬਾਸਰ ਕੇ ਸਾਡਾ ਅਗਲਾ ਪ੍ਰਸ਼ਨ ਹੈ ਤੇਜ ਭਾਨ ਜੀ ਰਿਸ਼ਤੇ ਵਿੱਚ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸਨ ਇਸ ਦਾ ਸਹੀ ਉੱਤਰ ਹੈ ਪਿਤਾ ਜੀ ਤੀਜਾ ਪ੍ਰਸ਼ਨ ਹੈ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਿਸ ਘਰਾਣੇ ਵਿੱਚ ਹੋਇਆ ਇਸ ਦਾ ਉੱਤਰ ਹੈ ਬੱਲਾ ਘਰਾਣੇ ਵਿੱਚ ਪ੍ਰਸ਼ਨ ਸ੍ਰੀ ਗੁਰੂ ਅਮਰਦਾਸ ਜੀ ਦੇ ਘਰ ਕਿੰਨੇ ਪੁੱਤਰਾਂ ਨੇ ਜਨਮ ਲਿਆ ਇਸ ਦਾ ਸਹੀ ਉੱਤਰ ਹੈ ਦੋ ਪੁੱਤਰਾਂ ਨੇ ਪ੍ਰਸ਼ਨ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਸ ਥਾਂ ਤੇ ਬਾਉਲੀ ਦਾ ਨਿਰਮਾਣ ਕਰਾਇਆ ਇਸ ਦਾ ਉੱਤਰ ਹੈ ਕੋਵਿੰਦਵਾਲ ਸਾਹਿਬ ਵਿਖੇ ਪ੍ਰਸ਼ਨ ਸ੍ਰੀ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾ ਵਿੱਚ ਬਾਣੀ ਰਚੀ ਇਸ ਦਾ ਉੱਤਰ ਹੈ 17 ਪ੍ਰਸ਼ਨ ਸ੍ਰੀ ਗੁਰੂ ਅਮਰਦਾਸ ਜੀ ਪਰਮਾਤਮਾ ਅੱਗੇ ਕੀ ਕਰਦੇ ਸਨ ਇਸ ਦਾ ਉੱਤਰ ਹੈ ਅਰਦਾਸ ਪ੍ਰਸ਼ਨ ਮਨੁੱਖ ਤੇ ਪ੍ਰਸੰਨ ਹੋ ਕੇ ਉਸ ਨੂੰ ਕੌਣ ਪ੍ਰਭੂ ਨਾਲ ਮਿਲਾਂਦਾ ਹੈ ਇਸ ਦਾ ਉੱਤਰ ਹੈ ਗੁਰੂ ਅਰਥਾਤ ਗੁਰੂ ਹੀ ਹੈ ਜੋ ਮਨੁੱਖ ਰੂਪੀ ਜੀਵ ਨੂੰ ਉਸ ਪਰਮਾਤਮਾ ਦੇ ਨਾਲ ਮਿਲਾਉਂਦਾ ਹੈ ਪ੍ਰਸ਼ਨ ਕੌਣ ਬੇਸ਼ੁਮਾਰ ਭੁੱਲਾਂ ਕਰਦਾ ਹੈ ਇਸ ਦਾ ਉੱਤਰ ਹੈ ਮਨੁੱਖੀ ਜੀਵ ਅਗਲਾ ਪ੍ਰਸ਼ਨ ਸ੍ਰੀ ਗੁਰੂ ਅਮਰਦਾਸ ਜੀ ਦੇ ਦੋ ਪੁੱਤਰਾਂ ਦੇ ਨਾਂ ਲਿਖੋ ਇਸ ਦਾ ਉੱਤਰ ਹੈ ਮੋਹਨ ਜੀ ਅਤੇ ਮਗਰੀ ਜੀ ਪ੍ਰਸ਼ਨ ਸ੍ਰੀ ਗੁਰੂ ਅਮਰਦਾਸ ਜੀ ਕਿਸ ਥਾਂ ਤੇ ਜੋਤੀ ਜੋਤ ਸਮਾਏ ਉੱਤਰ ਕੋਇਂਦਵਾਲ ਸਾਹਿਬ ਵਿਖੇ ਪ੍ਰਸ਼ਨ ਸ੍ਰੀ ਗੁਰੂ ਅਮਰਦਾਸ ਦੀਆਂ ਪ੍ਰਮੁੱਖ ਬਾਣੀਆਂ ਕਿਹੜੀਆਂ ਹਨ ਇਸ ਦਾ ਉੱਤਰ ਹੈ ਅਨੰਦ ਸਾਹਿਬ ਪੱਟੀ ਅਤੇ ਚਾਰ ਬਾਰਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਵੀਡੀਓ ਦੇ ਪਸੰਦ ਆਨਤੀ ਉਹਨੂੰ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ